ਜੈਤੋ ਵਿੱਚ ਕਾਂਗਰਸ ਪਾਰਟੀ ਵੱਲੋਂ ਜਿਹੜਾ ਹੈਗਾ ਸ਼ੁਭਾਰੰਭ ਕਰ ਦਿੱਤਾ ਗਿਆ ਦਫ਼ਤਰ ਦਾ, ਕਿ ਢਿੱਲੋਂ ਸਾਹਿਬ ਸਾਡੇ ਨਾਲ ਮੌਜੂਦ ਨੇ। ਢਿੱਲੋਂ ਸਾਹਿਬ, ਆਫਿਸ ਦੀ ਸਥਾਪਨਾ ਵੀ ਹੋ ਗਈ ਹੈ ਅਤੇ ਰੋਡ ਮਾਰਚ ਵੀ ਕੱਲ੍ਹ ਤੁਹਾਡਾ ਸਕਸੈਸਫੁੱਲ ਰਿਹਾ, ਹੁਣ ਅਗਲੀ ਤਿਆਰੀ ਕਿਸ ਤਰੀਕੇ ਦੀ? ਅਜੇ ਤਾਂ ਸੂਰਜ ਜੀ, ਜਿਹੜੀ ਕਾਂਗਰਸ ਪਾਰਟੀ ਦੇ ਵਰਕਰ ਹੈ ਨਾ, ਅਜੇ ਤਾਂ ਉਹ ਆਪਦੇ ਕਮਰ ਕੱਸੇ ਕਰ ਰਹੇ ਆ, ਅਤੇ ਇਹੋ ਜਿਹੀ ਤਕੜੀ ਲਹਿਰ ਬਣਨੀ ਹੈ ਫਰੀਦਕੋਟ ਪਾਰਲੀਮੈਂਟ ਵਿੱਚ ਕਿ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਫਤਵਾ ਦੇਣਾ। ਪਰ ਇਹ ਸਾਰੇ ਵਰਕਰਾਂ ਦੇ ਜਿਹੜੇ ਜਜ਼ਬਾਤ ਹੈ ਅਤੇ ਇਹਨਾਂ ਦਾ ਉਤਸ਼ਾਹ ਹੈ, ਉਹਨੂੰ ਪਤਾ ਲੱਗ ਰਿਹਾ। ਇਹਨਾਂ ਨੂੰ ਆਪਦੇ ਆਪਦੇ ਪਿੰਡਾਂ 'ਚੋਂ, ਆਪਦੇ ਆਪਦੇ ਇਲਾਕੇ 'ਚੋਂ ਲੋਕ ਬਹੁਤ ਵਧੀਆ ਰਿਸਪੌਂਸ ਦੇ ਰਹੇ। ਕਿਉਂ? ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਗੱਲਾਂ ਨਾਲ ਠੱਗਿਆ, ਲੋਕਾਂ ਨੂੰ ਗੱਲਾਂ ਮਾਰ ਕੇ ਵੋਟਾਂ ਲੈ ਲਈਆਂ, ਕੰਮ ਕੋਈ ਨਹੀਂ ਕੀਤਾ, ਅਤੇ ਜਿੰਨੀਆਂ ਵੀ ਗੱਲਾਂ ਕਹੀਆਂ ਸੀ ਸਾਰੀਆਂ ਗੱਲਾਂ ਤੋਂ ਯੂ ਟਰਨ ਲਿਆ ਇਹਨਾਂ ਨੇ। ਸੋ ਇਸ ਕਰਕੇ ਲੋਕਾਂ ਨੂੰ ਸਮਝ ਹੈ ਕਿ ਜੇ ਪੰਜਾਬ ਨੂੰ ਬਚਾਉਣਾ, ਕਿਸਾਨੀ ਨੂੰ ਬਚਾਉਣਾ, ਗਰੀਬਾਂ ਨੂੰ ਬਚਾਉਣਾ, ਅਤੇ ਨਾ ਆਮ ਆਦਮੀ, ਨਾ BJP ਅਤੇ ਨਾ ਅਕਾਲੀ ਦਲ, ਸਿਰਫ ਕਾਂਗਰਸ ਪਾਰਟੀ ਹੈ ਜਿਹੜੀ ਬਚਾ ਸਕਦੀ ਹੈ, ਜਿਹੜੀ ਲੋਕਾਂ ਦੀਆਂ ਇੱਛਾ ਦੇ ਮੁਤਾਬਕ ਚੱਲ ਸਕਦੀ ਹੈ। ਅਕਾਲੀ ਦਲ ਨੂੰ ਵੋਟ ਪਾਉਣੀ ਤਾਂ ਅਸਿੱਧੇ ਤਰੀਕੇ ਨਾਲ, ਮੇਰੀ ਬੇਨਤੀ ਹੈ ਸੰਗਤ ਨੂੰ, ਅਸਿੱਧੇ ਤਰੀਕੇ ਨਾਲ ਮੋਦੀ ਨੂੰ ਵੋਟ ਪਾਉਣੀ ਹੈ। ਕਿਉਂਕਿ ਜੇ ਅਕਾਲੀ ਦਲ ਦੀ ਇੱਕ ਅੱਧੀ ਸੀਟ ਆ ਗਈ ਤਾਂ ਮੋਦੀ ਦੀਆਂ ਉੱਥੇ ਘਟਦੀਆਂ ਹੋਈਆਂ, ਅਤੇ ਇਹਨਾਂ ਨੇ ਉੱਥੇ ਜਾ ਕੇ ਮੋਦੀ ਨੂੰ ਉਹ MP ਦੇ ਦੇਣਾ। ਸੋ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਤਾਂ ਕਾਂਗਰਸ ਪਾਰਟੀ ਹੈ ਜਿਹੜੀ ਇਕੱਲੀ ਮੋਦੀ ਨੂੰ ਹਟਾ ਸਕਦੀ। ਕੀ ਲੱਗਦਾ ਹੁਣ ਅਗਲਾ ਕੁਛ ਕਾਂਗਰਸ ਕੀ ਕੁਛ, ਕਿਉਂਕਿ ਵੱਡੀਆਂ ਰੈਲੀਆਂ ਹੋਣੀਆਂ ਨੇ, ਦੂਜੇ ਕਲਾਕਾਰ ਜਿਹੜੇ ਨੇ ਸਟਾਰ ਪ੍ਰਚਾਰਕ ਲੈ ਕੇ ਆ ਰਹੇ ਨੇ, ਕੋਈ ਐਕਟਰ ਲੈ ਕੇ ਆ ਰਿਹਾ, ਕੋਈ ਸਿੰਗਰ ਲੈ ਕੇ ਆ ਰਿਹਾ, ਕਾਂਗਰਸ ਕੀ ਕਰ ਰਹੀ? ਦੇਖੋ, ਲੋਕਾਂ ਨੇ MP ਚੁਣਨਾ, ਕੋਈ ਫਿਲਮ ਨਹੀਂ ਬਣਾਉਣੀ, ਤੋ ਬੜੀ ਚੰਗੀ ਗੱਲ ਹੈ। ਜਿਹੜੇ ਵੱਡੇ ਆਉਣਗੇ ਐਕਟਰ, ਜਦੋਂ ਕਿਤੇ ਫਿਲਮ ਰਿਲੀਜ਼ ਕਰਨਗੇ, ਅਸੀਂ ਸਾਰੇ ਉਹਨਾਂ ਦੀ ਦੇਖ ਕੇ ਆਵਾਂਗੇ। ਪਰ ਲੋਕਾਂ ਨੇ MP ਚੁਣਨਾ, MP ਚੁਣਨਾ ਆਪਦੇ ਕੰਮਾਂ ਵਾਸਤੇ, ਆਪਦੇ ਦੁੱਖ ਸੁੱਖ ਵਾਸਤੇ। ਸੋ ਲੋਕ ਸਹੀ ਫੈਸਲਾ ਕਰਨਗੇ। ਜਿਹੜੀ ਹਲਕੇ ਦੀ ਕੈਂਡੀਡੇਟ ਹੈ, ਹਲਕੇ 'ਚ ਰਹਿਣ ਵਾਲੀ ਹੈ, ਹਲਕੇ ਦੀ ਧੀ ਹੈ, ਲੋਕ ਉਹਦੇ ਸਿਰ 'ਤੇ ਹੱਥ ਰੱਖਣਗੇ ਤਾਂ ਕਿ ਕੱਲ੍ਹ ਨੂੰ ਉਹ ਤੋਂ ਕੰਮ ਲੈ ਸਕਣ। ਕੱਲ੍ਹ ਤੁਸੀਂ ਪਿੰਡ ਪਿੰਡ ਗਏ ਹੋ, ਪਿੰਡਾਂ ਦਾ ਮਾਹੌਲ ਕਿਹੋ ਜਿਹਾ ਲੱਗਿਆ? ਬਹੁਤ ਅੱਛਾ, ਬਹੁਤ ਅੱਛਾ, ਮਤਲਬ ਮੈਂ ਲੋੜੋ ਜ਼ਿਆਦਾ ਸੈਟਿਸਫਾਈਡ ਹਾਂ। ਵੈਰੀ ਮਚ। ਤਾਂ ਢਿੱਲੋਂ ਸਾਹਿਬ ਸਾਡੇ ਨਾਲ ਮੌਜੂਦ ਸੀਗੇ। ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇੱਥੇ ਇਹਨਾਂ ਦੇ ਆਫਿਸ ਦਾ ਜਿਹੜਾ ਹੈਗਾ ਉਹ ਸ਼ੁਭਾਰੰਭ ਕੀਤਾ ਗਿਆ, ਅਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਕੋਟਕਪੂਰਾ ਦੇ ਜੋ ਇੰਚਾਰਜ ਨੇ ਅਜੇਪਾਲ ਜੀ ਸਾਡੇ ਨਾਲ ਮੌਜੂਦ ਨੇ। ਅਜੇਪਾਲ ਜੀ, ਕੋਟਕਪੂਰੇ ਤਿਆਰੀ ਕਦੋਂ ਕੁ ਦੀ ਹੈ, ਉੱਥੇ ਆਫਿਸ ਕਦੋਂ ਕੁ ਓਪਨ ਕਰ ਰਹੇ ਹੋ, ਅਤੇ ਇੱਥੋਂ ਦੀ ਤਿਆਰੀ ਦੇਖ ਕੇ ਇਹ ਸਦੀਕ ਸਾਹਿਬ ਦੀ ਜਿਹੜੀ ਹੈਗੀ ਉਹਨਾਂ ਦਾ ਆਫਿਸ ਵੀ ਇੱਥੇ ਸੀਗਾ, ਇਹ ਸਿੱਧੇ ਤੌਰ ਕਿਹਾ ਜਾ ਸਕਦਾ ਕਿ ਸਦੀਕ ਸਾਹਿਬ ਵਾਲੀ ਜਿਹੜੀ ਵੋਟ ਸੀ ਕਿਤੇ ਨਾ ਕਿਤੇ ਇੱਕ ਪਾਸੇ ਸੀਗੀ, ਉਹਨੂੰ ਨਾਲ ਜੋੜਨ ਦਾ ਤਰੀਕਾ? ਵੇਖੋ, ਵੋਟ ਪਾਰਟੀ ਦੀ ਆ, ਸਾਰੀ ਵੋਟ ਨਾਲ ਖੜੀ ਹੈ। ਕੁਛ ਰੁਝੇਵੇਂ ਖੇਤੀ ਦੇ ਲੋਕਾਂ ਦੇ ਹੋਣ ਕਰਕੇ ਕੁਛ ਲੋਕ ਭਾਵੇਂ ਨਾ ਆਏ ਹੋਣ, ਸਦੀਕ ਸਾਹਿਬ ਨਾਲ ਆ, ਸਾਰੇ ਬੰਦੇ ਸਾਰੇ ਦੇ ਸਾਰੇ ਨਾਲ ਆ, ਪਾਰਟੀ ਦੀ ਮਦਦ ਕਰ ਰਹੇ ਆ। ਜਿਹੜੇ ਆਫਿਸ ਆ, ਇਹ ਜਦੋਂ ਫੌਜਾਂ ਲੜਦੀਆਂ ਨਾ, ਕਹਿੰਦੇ ਹੁੰਦੇ ਸੀ ਸਿੰਘਾਂ ਦੇ ਟਾਈਮ 'ਚ ਉਹਨਾਂ ਦੇ ਜਿਹੜੇ ਬਿਸਤਰੇ ਹੁੰਦੇ ਸੀ ਘੋੜਿਆਂ ਦੇ ਹੁੰਦੇ ਸੀ, ਹੁਣ ਲੜਾਈ ਮੈਦਾਨ 'ਚ ਲੜੀ ਜਾਣੀ ਆ। ਦਫ਼ਤਰ ਸਾਰਿਆਂ ਥਾਂ 'ਤੇ ਖੁੱਲ੍ਹ ਗਏ ਆ, ਜਿੱਥੇ ਰਹਿੰਦੇ ਆ ਇੱਕ ਦੋ ਥਾਵਾਂ ਦੇ ਖੁੱਲ੍ਹ ਜਾਣਗੇ। ਤਿਆਰੀ ਕਿਹੋ ਜੀ ਹੈ, ਟੱਕਰ ਦਿਓਗੇ ਫਿਰ ਪੂਰੀ? ਤਿਆਰੀ ਭਾਈ ਸਾਹਿਬ, ਇਮਾਨਦਾਰੀ ਦੇ ਸਿਰ 'ਤੇ ਲੜ ਰਹੇ ਹਾਂ, ਕੀਤੇ ਹੋਏ ਕੰਮਾਂ ਦੇ ਸਿਰ 'ਤੇ ਲੜ ਰਹੇ ਹਾਂ, ਬਿਨਾਂ ਡਰ ਤੋਂ ਲੜ ਰਹੀ ਹੈ ਕਾਂਗਰਸ, ਅਤੇ ਰਿਜ਼ਲਟ ਚੰਗਾ ਹੀ ਆਊਗਾ। ਲੋਕ ਕਹਿੰਦੇ ਕਿ ਪ੍ਰਧਾਨ ਸਾਹਿਬ ਕਹਿੰਦੇ ਬਹੁਤ ਦੂਰ ਚਲੇ ਗਏ, ਕਹਿੰਦੇ ਲੁਧਿਆਣਾ ਚਲੇ ਗਏ, ਕਹਿੰਦੇ ਕਿ ਆਪਦੇ ਮੁੱਦਿਆਂ ਨੂੰ ਛੱਡ ਕੇ। ਪ੍ਰਧਾਨ ਸਾਹਿਬ ਪੰਜਾਬ ਦੇ ਪ੍ਰਧਾਨ ਆ, ਅਤੇ ਉਹ ਪੰਜਾਬ ਦੇ ਸੈਂਟਰ ਵਿੱਚ ਜਾ ਕੇ ਇਲੈਕਸ਼ਨ ਲੜ ਰਹੇ ਆ, ਉੱਥੋਂ ਜਿਸੇ ਜਿਹੜੇ ਹਲਕੇ 'ਚ ਜਾਣ ਦੀ ਲੋੜ ਹੋਊ ਉਹ ਜਾਣਗੇ। ਯਾਨੀ ਆਪਦੀ ਕੰਪੇਨ ਦੇ ਨਾਲ ਨਾਲ ਸਾਰਾ ਕੁਛ ਸੰਭਾਲਣਗੇ? ਹਾਂਜੀ, ਖੁਦ ਦੀ ਕੰਪੇਨ ਨਾਲ ਨਾਲ ਸਭ ਕੁਝ, ਦੂਜੀ ਕੰਪੇਨ ਵੀ ਸੰਭਾਲਣਗੇ ਸਾਰਾ ਕੁਝ। ਵੇਖੋ ਜੀ, ਹਰ ਬੰਦਾ ਪ੍ਰਧਾਨ ਬਣ ਕੇ ਲੜ ਰਿਹਾ, ਅੱਜ ਜਿੰਨੇ ਬੰਦੇ ਇੱਥੇ ਖੜ੍ਹੇ ਆ,
ਸਾਰੇ ਹਲਕਾਂ 'ਚ ਸਾਰੇ ਪੰਜਾਬ ਪ੍ਰਧਾਨ ਸਾਰੇ ਆਲ ਇੰਡੀਆ ਕਾਂਗਰਸ ਲਈ ਲੜ ਰਹੀ ਹੈ ਟੀਮ ਹੈ ਜਿਹੜੀ ਸਾਰੇ ਵਧੀਆ ਨਤੀਜਾ ਦੇਣਗੇ। ਕਾਂਗਰਸ ਦੇ ਨਾਂ 'ਤੇ ਲੋਕਾਂ ਨੇ ਵੋਟ ਪਾਉਣੀ ਹੈ, ਪ੍ਰਧਾਨ ਜੇ ਤੁਸੀਂ ਬਣ ਜਾਂਗੇ ਤੁਹਾਨੂੰ ਪੈ ਜਾਣੀ ਹੈ, ਮੈਂ ਬਣ ਗਿਆ ਮੈਨੂੰ ਪੈ ਜਾਣੀ ਹੈ, ਇਹ ਵੀ ਪ੍ਰਧਾਨ ਆ। ਪੂਰੀ ਤਿਆਰੀ ਹੈ? ਬਿਲਕੁਲ ਪੂਰੀ ਤਿਆਰੀ ਹੈ। ਅਜੇ ਪਾਲ ਜੀ ਸਾਡੇ ਨਾਲ ਮੌਜੂਦ ਸੀਗੇ। ਅਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਆਫਿਸ ਦੀ ਓਪਨਿੰਗ ਜਿਹੜੀ ਹੈਗੀ ਹੈ ਉਹ ਇੱਥੇ ਹੋਈ ਹੈ, ਅਤੇ ਇਸ ਓਪਨਿੰਗ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਜਿਹੜੀ ਹੈਗੀ ਹੈ ਇਸ ਵਕਤ ਆਪਣੀ ਮਜ਼ਬੂਤੀ ਜਿਹੜੀ ਹੈਗੀ ਹੈ ਉਹ ਕਰਦੀ ਹੋਈ ਦਿਖਾਈ ਦੇ ਰਹੀ ਹੈ, ਅਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇਸ ਮਜ਼ਬੂਤੀ ਦੇ ਨਾਲ ਨਾਲ ਜਿਹੜਾ ਹੈਗਾ ਕਾਂਗਰਸ ਅੱਗੇ ਵੱਲੋਂ ਵੱਧ ਰਹੀ ਹੈ, ਜਿੱਥੇ ਕਿ ਲਗਾਤਾਰ ਜਿਹੜਾ ਕਾਂਗਰਸ ਦਾ ਜਿਹੜਾ ਕਾਫਿਲਾ ਹੈਗਾ ਉਹ ਵੱਧ ਰਿਹਾ, ਅਤੇ ਲੋਕ ਕੀ ਜਿਹੜਾ ਨੇ ਜਿਹੜੇ ਨੇ ਰਿਸਪੋਂਸ ਦਿੰਦੇ ਹੋਏ ਦਿਖਾਈ ਦੇ ਰਹੇ ਨੇ। ਮੈਡਮ ਨਾਲ ਗੱਲਬਾਤ ਕਰ ਲੈਂਦੇ ਹਾਂ। ਮੈਡਮ, ਜੈਤੋ ਵਿੱਚ ਆਫਿਸ ਖੁੱਲ੍ਹ ਗਿਆ ਤਾਂ ਕਿਸ ਤਰੀਕੇ ਦਾ ਲੱਗ ਰਿਹਾ ਹੁਣ? ਇੱਥੇ ਹੀ ਸਦੀਕ ਸਾਹਿਬ ਜਿਹੜੇ ਨੇ ਆਫਿਸ ਖੁੱਲ੍ਹ ਕੇ ਆਪਣੀ ਚੋਣ ਪ੍ਰਚਾਰ ਕਰਦੇ ਰਹੇ ਨੇ? ਅਖਾੜਾ ਪੂਰਾ ਪੱਕ ਚੁੱਕਿਆ ਵਾ, ਜਿੰਨਾ ਉਤਸ਼ਾਹ ਵਰਕਰਾਂ 'ਚ ਮੈਂ ਦੇਖਿਆ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦੀ। ਮੈਨੂੰ ਪੂਰੀ ਉਮੀਦ ਹੈ ਕਿ ਇਹ ਜਿਹੜੀ ਸੀਟ ਹੈ ਲੋਕ ਸਭਾ ਵਿੱਚ ਮੈਂ ਵੱਡੀ ਲੀਡ ਨਾਲ ਜਿੱਤ ਕੇ ਜਾਊਂਗੀ। ਇਹ ਸਦੀਕ ਸਾਹਿਬ ਦਾ ਏਰੀਆ, ਕਹਿੰਦੇ ਕਿ ਉਹਨਾਂ ਦਾ ਪੱਕਾ ਏਰੀਆ ਸੀਗਾ, ਇਹ ਲੱਗ ਰਿਹਾ ਵੋਟ ਉਹ ਵਾਲੀ ਵੀ ਨਾਲ ਜੁੜੀ ਹੋਈ ਹੈ। ਅੱਜ ਸਾਰੇ ਆਏ ਉਹਨਾਂ ਦੇ ਮੈਂਬਰ ਜਿਹੜੇ ਆ, ਅੱਜ ਉਹ ਸਾਡੇ ਨਾਲ ਬੈਠੇ ਆ, ਮੀਟਿੰਗ ਹੋਈ ਆ, ਅਤੇ ਪੂਰਾ ਨਾਲ ਸਾਥ ਦੇਣਗੇ ਜੀ। ਸਦੀਕ ਸਾਹਿਬ ਨੇ ਦਿਖਾਈ ਦੇ ਰਹੇ, ਉਹਨਾਂ ਦੀ ਕੋਈ ਪ੍ਰੋਬਲਮ ਹੋਊਗੀ ਜੀ, ਉਹ ਤਾਂ ਨਹੀਂ ਆ ਪਾਏਗੇ, ਅਦਰਵਾਈਜ਼ ਉਹਨਾਂ ਨੇ ਆਉਣਾ ਸੀਗਾ। ਕੋਈ ਕਈ ਵਾਰੀ ਬੰਦਾ ਬਜ਼ੁਰਗ ਹੈ, ਪ੍ਰੋਬਲਮ ਆ ਜਾਂਦੀ ਹੈ। ਮੈਡਮ ਸਾਡੇ ਨਾਲ ਮੌਜੂਦ ਸੀਗੇ, ਗੱਲਬਾਤ ਕੀਤੀ ਹੈ, ਅਤੇ ਸਿੱਧੇ ਤੌਰ 'ਤੇ ਉਹਨਾਂ ਨੇ ਕਿਹਾ ਕਿ ਜਿੱਤ ਜਿਹੜੀ ਹੈਗੀ ਹੈ ਉਹਨਾਂ ਵੱਲੋਂ ਪ੍ਰਾਪਤ ਕੀਤੀ ਜਾਵੇਗੀ। ਫਰੀਦਕੋਟ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਚੱਜ ਦੇ ਨਾਲ, ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਭ ਪਹਿਲੇ ਦੇਖਣੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।